ਗੁਰੂ ਨਾਨਕ ਦੇਵ ਜੀ ਦੀ ਉੜੀਸਾ ਯਾਤਰਾ ਦੇ ਨਾਲ ਸੰਬੰਧਿਤ ਇਤਿਹਾਸਿਕ ਗੁਰਦੁਆਰਾ ਬੌਲੀ ਸਾਹਿਬ ਦੇ ਨਵ ਉਸਾਰੀ ਦਾ ਰਾਹ ਪੱਧਰਾ ਹੋ ਚੁੱਕਿਆ ਹੈ। ਇਹ ਗੁਰਦੁਆਰਾ ਪ੍ਰਸਿੱਧ ਹਿੰਦੂ ਧਰਮ ਸਥਾਨ ਜਗਨਨਾਥਪੁਰੀ ਮੰਦਿਰ ਦੇ ਨੇੜੇ ਸਰੋਵਰ ਦੇ ਕੰਢੇ ਬਣੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਹੈ ਕਿ ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਵੱਲੋਂ ਅੰਤਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਪਿੱਟੇਵੱਡ, ਮੈਂਬਰ ਰਾਜਿੰਦਰ ਸਿੰਘ ਮਹਿਤਾ ਅਤੇ ਸਕੱਤਰ ਡਾਕਟਰ ਰੂਪ ਸਿੰਘ ਤੇ ਆਧਾਰਿਤ ਵਫਦ ਜਗਨਨਾਥਪੁਰੀ ਗਿਆ ਸੀ, ਜਿਸ ਨੇ ਸੰਬੰਧਿਤ ਧਿਰਾਂ ਦੇ ਨਾਲ ਗੱਲਬਾਤ ਮਗਰੋਂ ਰਿਪੋਰਟ ਦਿੱਤੀ ਹੈ। ਇਸ ਇਤਿਹਾਸਿਕ ਸਥਾਨ ਦੀ ਇਮਾਰਤ, ਲੰਗਰ ਅਤੇ ਸਰਾਂ ਬਣਾਈ ਜਾਵੇਗੀ, ਜਿੱਥੇ ਕਿ ਮੈਡੀਕਲ ਸਹੂਲਤਾਂ ਵੀ ਮੁਹੱਈਆ ਕੀਤੀਆਂ ਜਾਣਗੀਆਂ। ਰਿਪੋਰਟ ਦੇ ਆਧਾਰ 'ਤੇ ਅਗਲੀ ਕਾਰਵਾਈ ਦੇ ਲਈ ਸਬ ਕਮੇਟੀ ਵੀ ਬਣਾਈ ਗਈ ਹੈ।